ਸੋਸ਼ਲ ਮੀਡੀਆ ਤਾਂ ਇੱਕ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਡਿਸਟਰੈਕਸ਼ਨ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਦਾ। ਛੋਟੇ ਛੋਟੇ ਬੱਚਿਆਂ ਨੂੰ, ਮਤਲਬ ਜਦ ਬੱਚਾ ਛੋਟਾ ਹੁੰਦਾ ਉਹ ਰੋਟੀ ਨਹੀਂ ਖਾਂਦਾ, ਤੁਹਾਨੂੰ ਫੋਨ ਫੜਾ ਦਿੰਦਾ ਰੀਲਸ ਲਈ ਕਿ ਉਹ ਰੀਲਸ ਦੇਖ ਲਿਆ, ਨਾਲ ਨਾਲ ਆਰਾਮ ਨਾਲ ਰੋਟੀ ਖਾ ਲੇਗਾ, ਉਹਦਾ ਕੋਈ ਬੈਨੀਫਿਟ ਨਾ ਰੋਟੀ ਦਿੰਦੀ ਪਈ ਆ ਨਾ ਬੱਚੇ ਨੂੰ ਕੋਈ ਬੈਨੀਫਿਟ ਹੋ ਰਿਹਾ। ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਇਜ਼ ਯੂ ਨੋ ਬਹੁਤ ਗਲਤ ਚੀਜ਼ ਹੈ। ਪਾਪਾ ਨੂੰ ਵੀ ਮੈਂ ਦੇਖਿਆ ਖੇਡਦੇ, ਮੈਂ ਸਿਸਟਰ ਨੂੰ ਵੀ ਦੇਖਿਆ, ਤਾਂ ਮੈਨੂੰ ਮੇਰਾ ਮੇਨ ਮੇਰੇ ਸਿਸਟਰ ਨੂੰ ਦੇਖ ਕੇ ਮੈਂ ਸ਼ੁਰੂ ਕੀਤਾ ਵੀ ਉਹ ਵੀ ਖੇਡਦੀ ਆ, ਮੈਂ ਵੀ ਖੇਡਣਾ, ਕਿਉਂਕਿ ਮੈਂ ਉਹਨੂੰ ਬਹੁਤ ਫੋਲੋ ਕਰਦੀ ਹੁੰਦੀ ਸੀ। ਉਹ ਟੀਵੀ 'ਤੇ, ਮਤਲਬ ਉਹ ਮਾਈਕ ਸਕੂਲ 'ਚ ਸਟੇਜ 'ਤੇ ਬੋਲਦੀ ਸੀ ਮਾਈਕ ਫੜ ਕੇ, ਤਾਂ ਮੈਂ ਵੀ ਬੋਲਣਾ, ਮੈਂ ਉਹਨੂੰ ਬਹੁਤ ਫੋਲੋ ਕਰਦੀ ਸੀ ਹਰ ਇੱਕ ਚੀਜ਼ 'ਚ ਉਹਦੇ ਵੱਲ ਕਰਨਾ। ਤਾਂ ਪਾਪਾ ਤਾਂ ਚਲੋ ਸਾਡੇ ਸਾਰਿਆਂ ਦੇ ਰੋਲ ਮਾਡਲ ਨੇ ਸਾਰੇ ਫੈਮਿਲੀ ਦੇ। ਐਕਚੁਲੀ ਮੈਨੂੰ ਬਿਲੀਵ ਨਹੀਂ ਹੋ ਰਿਹਾ ਸੀਗਾ ਜਦ ਮੈਂ ਨੀਵੀਆ ਸਾਈਨ ਕੀਤਾ, ਕਿਉਂਕਿ ਮੈਂ ਛੋਟੇ ਹੁੰਦੇ ਤੋਂ ਆਈ ਯੂਜ਼ ਟੂ ਵੀਅਰ ਨੀਵੀਆ ਸ਼ੂਜ਼, ਤਾਂ ਮੈਂ ਛੋਟੇ ਹੁੰਦੇ ਤੋਂ ਨੀਵੀਆ ਸ਼ੂਜ਼ ਪਾਏ ਨੇ, ਨੀਵੀਆ ਦਾ ਮੈਂ ਜਰਸੀ ਸ਼ੋਰਟਸ ਆਈ ਯੂਜ਼ ਟੂ ਵੀਅਰ ਨੀਵੀਆ, ਮੈਂ ਈਵਨ ਮਾਈ ਸਿਸਟਰ ਤਾਂ ਨੀਵੀਆ ਦਾ ਪਾਏ, ਤਾਂ ਆਈ ਵਾਜ਼ ਲਾਈਕ ਜਿਹਨੇ ਦੇ ਦੇਖਿਆ ਨਾ ਡੂ ਦੈਟ, ਸ਼ੀ ਵਾਜ਼ ਲਾਈਕ ਵਾਈ ਨੋਟ, ਕਿਉਂ ਨਹੀਂ ਕਰ ਸਕਦੀਆਂ, ਤਾਂ ਬਿਲਕੁਲ ਕਰ ਸਕਦੀਆਂ, ਐਸੀ ਕੁਛ ਚੀਜ਼ ਹੈਗੀ ਹੈ ਜਿਹੜੀ ਤੂੰ ਨਹੀਂ ਕਰ ਸਕਦੀ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ, ਮੈਂ ਰਾਜੀਵ ਸ਼ਰਮਾ। ਪਟਿਆਲਾ ਦੀਆਂ ਦੋ ਕੁੜੀਆਂ ਨੇ ਇੰਟਰਨੈਸ਼ਨਲ ਲੈਵਲ 'ਤੇ ਨਾਮ ਚਮਕਾਇਆ, ਇੰਟਰਨੈਸ਼ਨਲ ਬ੍ਰਾਂਡ ਨੀਵੀਆ ਦਾ ਹਿੱਸਾ ਬਣਨ ਜਾ ਰਹੀਆਂ ਨੇ ਦੋ ਲੜਕੀਆਂ, ਹਰਮਿਲਨ ਅਤੇ ਗੁਰਨਾਜ਼। ਇਹ ਗੁਰਨਾਜ਼ ਹੈ ਜੀ, ਹਰਮਿਲਨ ਦੀ ਛੋਟੀ ਭੈਣ। ਇਹਨਾਂ ਦੇ ਜਿਹੜੇ ਵੱਡੇ ਸਿਸਟਰ ਨੇ ਉਹ ਪਹਿਲਾਂ ਨੀਵੀਆ ਬ੍ਰਾਂਡ ਦਾ ਹਿੱਸਾ ਬਣੇ ਸੀ, ਸੋ ਹੁਣ ਇਹ ਇਸ ਈਅਰ ਦੇ ਵਿੱਚ ਇਹ ਬਣਨ ਜਾ ਰਹੇ ਨੇ। ਫੁੱਟਬਾਲ ਦੇ ਪਲੇਅਰ ਨੇ ਇਹ ਇੰਟਰਨੈਸ਼ਨਲ ਲੈਵਲ ਦੇ, ਸੋ ਇਹਨਾਂ ਦੀ ਫੈਮਿਲੀ ਖੜੀ ਹੈ, ਇਹਨਾਂ ਦੇ ਫਾਦਰ ਸਾਹਿਬ ਵੀ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਰਹੇ ਨੇ। ਸੋ ਗੱਲਬਾਤ ਕਰ ਲੈਂਦੇ ਹਾਂ, ਗੁਰਨਾਜ਼ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇੰਟਰਨੈਸ਼ਨਲ ਬ੍ਰਾਂਡ ਨੀਵੀਆ ਦਾ ਹਿੱਸਾ ਬਣਨ ਜਾ ਰਹੇ ਹੋ? ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਤੁਸੀਂ ਰਹੇ, ਤਾਂ ਇਟ ਇਜ਼ ਅ ਵੈਰੀ ਪ੍ਰਾਊਡ ਫੋਰ ਮੀ, ਮਤਲਬ ਬਹੁਤ ਮਾਣ ਵਾਲੀ ਗੱਲ ਹੈ ਵੀ ਮੈਂ ਨੀਵੀਆ ਸਾਈਨ ਕੀਤਾ। ਇੱਕ ਜਦ ਮੇਰੀ ਸਿਸਟਰ ਨੇ ਲਾਸਟ ਈਅਰ ਸਾਈਨ ਕੀਤਾ ਸੀਗਾ, ਤਾਂ ਉਦੋਂ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੂੰ ਕਦੋਂ ਸਾਈਨ ਕਰੇਂਗੀ, ਮੈਂ ਕਿਹਾ ਸੀ ਵਿਦਇਨ ਅ ਈਅਰ ਮੈਂ ਇੰਟਰਨੈਸ਼ਨਲ ਟੂਰ ਲਾ ਕੇ ਆਊਂਗੀ, ਉਦੋਂ ਮੈਂ ਸਾਈਨ ਕਰੂੰਗੀ। ਤਾਂ ਮੈਂ ਆਈ ਸਟੈਂਡ ਸਟੂਡ ਔਨ ਮਾਈ ਵਰਡਸ, ਅਤੇ ਮੈਂ ਇੱਕ ਸਾਲ ਤੋਂ ਪਹਿਲਾਂ ਸਾਈਨ ਕਰ ਲਿਆ ਨੀਵੀਆ। ਸੋ ਉਹ ਵੀ ਪ੍ਰਾਊਡ ਮਹਿਸੂਸ ਕਰ ਰਹੇ ਹੋ ਨੇ ਪੂਰਾ? ਹਾਂਜੀ, ਉਹਨਾਂ ਨੂੰ ਵੀ ਬੜਾ, ਉਹ ਵੀ ਥੋੜ੍ਹਾ ਮਤਲਬ ਵੈਰੀ ਦੇਵਰ ਵੈਰੀ ਸ਼ੌਕ ਦੈਟ ਯੂ ਮਾਰਕਡ ਔਨ ਯੂਰ, ਮੈਂ ਆਪਣੇ ਵਰਡਸ 'ਤੇ ਖੜੀ ਹੋਈ ਵੀ ਮੈਂ ਇੱਕ ਸਾਲ ਤੋਂ ਪਹਿਲਾਂ ਸਾਈਨ ਕਰਨਾ, ਅਤੇ ਮੈਂ ਕੀਤਾ। ਕੱਲ੍ਹ ਹੀ ਕੰਟਰੈਕਟ ਸਾਈਨ ਕਰਕੇ ਆਇਆ? ਹਾਂਜੀ, ਮੈਂ 28th ਨੂੰ ਕੀਤਾ, 12:30 'ਤੇ ਮੈਂ ਸਾਈਨ ਕੀਤਾ ਸੀ। ਕਿਆ ਬਾਤ ਹੈ, ਸੋ ਇੱਕ ਤਰ੍ਹਾਂ ਦਾ ਪ੍ਰਾਊਡ ਮੂਮੈਂਟ ਹੈ ਤੁਹਾਡੀ ਫੈਮਿਲੀ ਲਈ। ਸੋ ਫੁੱਟਬਾਲ ਪਲੇਅਰ ਹੋ ਤੁਸੀਂ, ਇੰਟਰਨੈਸ਼ਨਲ ਲੈਵਲ 'ਤੇ ਵੀ ਮੈਚ ਖੇਡ ਕੇ ਆਏ ਹੋ ਤੁਸੀਂ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਉਹ ਰੀਲਸ ਬਹੁਤ ਬਣਾਉਂਦਾ ਹੈ ਨਾ, ਤੁਸੀਂ ਉਹ ਤੁਸੀਂ ਇੰਨਾ ਡੈਡੀਕੇਸ਼ਨ ਦਿੱਤੀ ਗੇਮ ਪ੍ਰਤੀ, ਅਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਸੋਸ਼ਲ ਮੀਡੀਆ ਤਾਂ ਇੱਕ ਮੇਰੇ ਹਿਸਾਬ ਨਾਲ ਇੱਕ ਤਰ੍ਹਾਂ ਦਾ ਬਹੁਤ ਵੱਡਾ ਡਿਸਟਰੈਕਸ਼ਨ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਲਈ। ਛੋਟੇ ਛੋਟੇ ਬੱਚਿਆਂ ਨੂੰ, ਮਤਲਬ ਜਦ ਬੱਚਾ ਛੋਟਾ ਹੁੰਦਾ ਉਹ ਰੋਟੀ ਨਹੀਂ ਖਾਂਦਾ, ਤੁਹਾਨੂੰ ਫੋਨ ਫੜਾ ਦਿੰਦੇ ਆ ਰੀਲਸ ਲਈ ਕਿ ਉਹ ਰੀਲਸ ਦੇਖ ਲਿਆ, ਨਾਲ ਨਾਲ ਆਰਾਮ ਨਾਲ ਰੋਟੀ ਖਾ ਲੇਗਾ, ਉਹਦਾ ਕੋਈ ਬੈਨੀਫਿਟ ਨਾ ਰੋਟੀ ਦਿੰਦੀ ਪਈ ਆ ਨਾ ਬੱਚੇ ਨੂੰ ਕੋਈ ਬੈਨੀਫਿਟ ਹੋ ਰਿਹਾ। ਮੇਰੇ ਹਿਸਾਬ ਨਾਲ ਸੋਸ਼ਲ ਮੀਡੀਆ ਇਜ਼ ਯੂ ਨੋ ਬਹੁਤ ਗਲਤ ਚੀਜ਼ ਹੈ। ਸੋਸ਼ਲ ਮੀਡੀਆ 'ਤੇ ਤੁਸੀਂ ਆਓ, ਬੀ ਐਕਟਿਵ, ਯੈਸ ਯੂ ਨੀਡ ਟੂ ਬੀ ਸੋਸ਼ਲ, ਤੁਸੀਂ ਸੋਸ਼ਲ ਤੁਹਾਨੂੰ ਰਹਿਣਾ ਚਾਹੀਦਾ ਵਰਲਡ ਨਾਲ, ਪਰ ਇੰਨਾ ਜ਼ਿਆਦਾ ਵੀ ਨਹੀਂ ਵੀ ਤੁਸੀਂ 24/7 ਸੋਸ਼ਲ ਮੀਡੀਆ 'ਤੇ ਰਹੋ, ਕੋਈ ਵੀ ਇੰਸਟਾਗ੍ਰਾਮ, ਵਟਸਐਪ, ਐਨੀਥਿੰਗ, ਫੇਸਬੁੱਕ, ਹਰ ਇੱਕ ਚੀਜ਼ ਦੀ ਕੋਈ ਲਿਮਿਟ ਹੁੰਦੀ ਹੈ, ਤਾਂ ਉਹਨੂੰ ਲਿਮਿਟ 'ਚ ਚਲਾਓ ਤਾਂ ਸੋਸ਼ਲ ਮੀਡੀਆ ਇੰਨਾ ਬੁਰਾ ਨਹੀਂ ਹੈਗਾ, ਪਰ ਜੇ ਤੁਸੀਂ ਉਹਨੂੰ ਮਤਲਬ ਬਿਨਾਂ ਮਤਲਬ ਤੋਂ ਵੀ ਯੂਜ਼ ਕਰੀ ਜਾਓਗੇ ਤਾਂ ਦੈਟ ਇਜ਼ ਵੈਰੀ ਬੈਡ। ਤੁਹਾਡੇ ਫਾਦਰ ਸਾਹਿਬ ਵੀ ਇੰਟਰਨੈਸ਼ਨਲ ਪਲੇਅਰ ਰਹੇ ਨੇ ਫੁੱਟਬਾਲ ਦੇ, ਸੋ ਤੁਹਾਡਾ ਰੁਝਾਨ ਸ਼ੁਰੂ ਤੋਂ ਹੀ ਸੀ ਫੁੱਟਬਾਲ ਦੇ ਵਿੱਚ, ਜਾਂ ਫਾਦਰ ਸਾਹਿਬ ਕਰਕੇ ਤੁਸੀਂ ਲਾਈਨ 'ਚ ਆਏ ਵੀ ਉਹਨਾਂ ਦਾ ਸੁਪਨਾ ਪੂਰਾ ਕਰਨਾ, ਉਹਨਾਂ ਦੇ ਅਧੂਰੇ ਖੁਆਬ ਪੂਰੇ ਕਰਨੇ ਇਸ ਲਾਈਨ ਦੇ ਵਿੱਚ ਆ ਕੇ ਪਲੇਅਰ ਬਣ ਕੇ? ਜਦ ਮੈਂ ਹੋਈ ਉਦੋਂ ਤਾਂ ਮੇਰੀ ਸਿਸਟਰ ਆਲਰੇਡੀ ਫੁੱਟਬਾਲ 6 ਸਾਲ, ਮਤਲਬ ਸਾਡੇ 'ਚ 6 ਈਅਰਸ ਦਾ ਡਿਫਰੈਂਸ ਹੈ, ਤਾਂ ਉਹ ਆਲਰੇਡੀ ਖੇਡਦੀ ਹੁੰਦੀ ਸੀ, ਤਾਂ ਮੈਂ ਦੇਖਣਾ, ਪਾਪਾ ਨੂੰ ਵੀ ਮੈਂ ਦੇਖਿਆ ਖੇਡਦੇ, ਮੈਂ ਸਿਸਟਰ ਨੂੰ ਵੀ ਦੇਖਿਆ, ਤਾਂ ਮੈਨੂੰ
ਮੇਰਾ ਮੇਨ ਮੇਰੇ ਸਿਸਟਰ ਨੂੰ ਦੇਖ ਕੇ ਮੈਂ ਸ਼ੁਰੂ ਕੀਤਾ ਵੀ ਉਹ ਵੀ ਖੇਲਦੀ ਆ ਮੈਂ ਵੀ ਖੇਲਣਾ, ਕਿਉਂਕਿ ਮੈਂ ਉਹਨੂੰ ਬਹੁਤ ਫੋਲੋ ਕਰਦੀ ਹੁੰਦੀ ਸੀ। ਉਹ ਟੀਵੀ 'ਤੇ ਮਤਲਬ ਮਾਈਕ ਸਕੂਲ 'ਚ ਸਟੇਜ 'ਤੇ ਬੋਲਦੀ ਸੀ ਮਾਈਕ ਫੜ ਕੇ, ਤਾਂ ਮੈਂ ਵੀ ਬੋਲਣਾ, ਮੈਂ ਉਹਨੂੰ ਬਹੁਤ ਫੋਲੋ ਕਰਦੀ ਸੀ ਹਰ ਇੱਕ ਚੀਜ਼ 'ਚ ਉਹਦੇ ਵਾਂਗੂ ਕਰਨਾ। ਤਾਂ ਪਾਪਾ ਤਾਂ ਚਲੋ ਸਾਡੇ ਸਾਰਿਆਂ ਦੇ ਰੋਲ ਮਾਡਲ ਨੇ ਸਾਰੇ ਫੈਮਿਲੀ ਦੇ, ਤਾਂ ਪਾਪਾ ਨੇ ਪਾਪਾ ਨੂੰ ਦੇਖਿਆ, ਉਹਨਾਂ ਨੇ ਪਾਪਾ ਨੂੰ ਦੇਖ ਕੇ ਸ਼ੁਰੂ ਕੀਤਾ, ਮੈਂ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਵੀ ਕਿੰਨਾ ਵਧੀਆ ਲੱਗਦਾ ਵੀ ਜਦ ਤੁਹਾਨੂੰ ਲੋਕ ਜਾਣਦੇ ਨੇ ਵੀ ਚਾਰ ਤੁਸੀਂ ਜਾਓ ਕਿਤੇ ਤਾਂ ਤੁਹਾਨੂੰ ਕਿੰਨਾ ਰਿਸਪੈਕਟ ਦਿੰਦੇ ਨੇ। ਤਾਂ ਇੱਕ ਉਹ ਚੀਜ਼ ਸੀਗੀ ਵੀ ਆਹ ਚੀਜ਼ ਮੈਂ ਵੀ ਲੈਣੀ ਹੈ, ਤਾਂ ਉਦੋਂ ਤੋਂ ਮੈਂ ਸ਼ੁਰੂ ਕੀਤਾ ਵੀ ਹਾਂ ਹੁਣ ਤਾਂ ਮੈਂ ਇੰਟਰਨੈਸ਼ਨਲ ਖੇਡਣਾ ਹੀ ਖੇਡਣਾ। ਨਿਵਿਆ ਬ੍ਰਾਂਡ ਦਾ ਬ੍ਰਾਂਡ ਅੰਬੈਸਡਰ ਬਣਨਾ ਬਹੁਤ ਵੱਡੀ ਗੱਲ ਹੈ, ਪੰਜਾਬ ਦੇ ਵਿੱਚ ਦੋ ਹੀ ਨਾਮ ਗੂੰਜਦੇ ਨੇ, ਇੱਕ ਤੁਹਾਡਾ ਇੱਕ ਤੁਹਾਡੀ ਵੱਡੇ ਸਿਸਟਰ ਦਾ, ਬਹੁਤ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਐਕਚੁਅਲੀ ਮੈਨੂੰ ਬਿਲੀਵ ਨਹੀਂ ਹੋ ਰਿਹਾ ਸੀਗਾ ਜਦ ਮੈਂ ਨੀਵੀਆ ਸਾਈਨ ਕੀਤਾ, ਕਿਉਂਕਿ ਮੈਂ ਛੋਟੇ ਹੁੰਦੇ ਤੋਂ ਆਈ ਯੂਜ਼ ਟੂ ਵੀਅਰ ਨੀਵੀਆ ਸ਼ੂਜ਼, ਤਾਂ ਮੈਂ ਛੋਟੇ ਹੁੰਦੇ ਤੋਂ ਨੀਵੀਆ ਸ਼ੂਜ਼ ਪਾਏ ਨੇ, ਨੀਵੀਆ ਦਾ ਮੈਂ ਜਰਸੀ ਸ਼ੋਰਟਸ ਆਈ ਯੂਜ਼ ਟੂ ਵੀਅਰ ਨੀਵੀਆ, ਮੈਂ ਈਵਨ ਮਾਈ ਸਿਸਟਰ ਤਾਂ ਨੀਵੀਆ ਦੇ ਪਾਏ, ਤਾਂ ਆਈ ਵਾਜ਼ ਲਾਈਕ ਜਿਹਨਾਂ ਦੇ ਕੈਨ ਆਈ ਡੂ ਦੈਟ, ਸ਼ੀ ਵਾਜ਼ ਲਾਈਕ ਵਾਈ ਨੋਟ, ਕਿਉਂ ਨਹੀਂ ਕਰ ਸਕਦੀ ਹਾਂ ਤੂੰ, ਬਿਲਕੁਲ ਕਰ ਸਕਦੀ ਹਾਂ, ਐਸੀ ਕੁਛ ਚੀਜ਼ ਹੈਗੀ ਹੈ ਜਿਹੜੀ ਤੂੰ ਨਹੀਂ ਕਰ ਸਕਦੀ। ਤਾਂ ਜਦ ਉਹਨਾਂ ਨੇ ਸਾਈਨ ਕੀਤਾ ਤਾਂ ਆਈ ਵਾਜ਼ ਲਾਈਕ ਵਾਓ, ਕਿੰਨਾ ਮਤਲਬ ਕਿੰਨਾ ਫੋਟੋ ਸ਼ੂਟ ਹੋਇਆ ਉਹਨਾਂ ਦੇ ਨੀਵੀਆ, ਆਈ ਵਾਜ਼ ਲਾਈਕ ਦੈਟ ਸੋ ਗੁੱਡ, ਕਿੰਨਾ ਵਧੀਆ ਲੱਗਦਾ ਪਿਆ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜਿਹਨਾਂ ਦੀ ਅੱਜ ਚੀਜ਼ ਮੈਂ ਕਰ ਸਕਦੀ ਹਾਂ, ਉਸੇ ਦਿਨ ਕਿਹਾ ਸੀ ਮੈਂ, ਉਹ ਕਰ ਦਿਖਾਇਆ ਤੁਸੀਂ, ਕਹਿੰਦੇ ਬਿਲਕੁਲ ਕਿਉਂ ਨਹੀਂ ਕਰ ਸਕਦੀ ਤੂੰ। ਤਾਂ ਮੈਂ ਇੱਕ ਸਾਲ ਦੇ ਅੰਦਰ ਅੰਦਰ ਫਿਰ ਸਭ ਤੋਂ ਪਹਿਲਾਂ ਮੈਨੂੰ ਜੋ ਨੀਵੀਆ ਦਾ ਮੈਨੂੰ ਮਿਲਿਆ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਆਪਣੀ ਸਿਸਟਰ ਨੂੰ ਦਿੱਤਾ ਸੀਗਾ, ਵੀ ਤੁਹਾਡੇ ਕਰਕੇ ਮੈਂ ਸਾਈਨ ਕੀਤਾ। ਪ੍ਰੈਕਟਿਸ ਕਿੰਨੇ ਘੰਟੇ ਕਰਦੇ ਹੋ? ਪ੍ਰੈਕਟਿਸ ਮੇਰੀ ਮਾਰਨਿੰਗ ਹੁੰਦੀ ਹੈ ਮੈਂ ਮੇਰੇ ਫਾਦਰ ਕੋਲ, ਉਸ ਤੋਂ ਬਾਅਦ ਈਵਨਿੰਗ ਮੇਰੀ ਮਿਨਰਵਾ ਅਕੈਡਮੀ 'ਚ ਹੁੰਦੀ ਹੈ ਮੋਹਾਲੀ। ਓਕੇ, ਸੋ ਗੁਰਨਾਸ ਦੇ ਫਾਦਰ ਸਾਹਿਬ ਵੀ ਮੌਜੂਦ ਨੇ, ਉਹਨਾਂ ਦੇ ਮਦਰ ਵੀ ਮੌਜੂਦ ਨੇ, ਤੁਹਾਡੇ ਲਈ ਵੀ ਆਵਾਂਗੇ। ਸਰ ਕਿਸ ਤਰ੍ਹਾਂ ਦੇਖਦੇ ਹੋ, ਤੁਸੀਂ ਵੀ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਰਹੇ ਹੋ ਫੁੱਟਬਾਲ ਦੇ, ਇੱਕ ਹੁੰਦਾ ਨਾ ਕਿ ਪਿਤਾ ਦੇ ਕਈ ਸੁਪਨੇ ਅਧੂਰੇ ਰਹਿ ਜਾਂਦੇ ਨੇ, ਫਿਰ ਉਹ ਆਪਣੇ ਬੱਚਿਆਂ ਰਾਹੀਂ ਉਹ ਸੁਪਨੇ ਪੂਰੇ ਕਰਦਾ, ਕਰਤਾ ਪੂਰਾ ਲੜਕੀਆਂ ਨੇ? ਬਿਲਕੁਲ, ਬਹੁਤ ਮਾਣ ਵਾਲੀ, ਮੈਨੂੰ ਮਾਣ ਮਹਿਸੂਸ ਹੋ ਰਿਹਾ ਬਈ ਮੇਰੀ ਬੇਟੀ ਨੇ ਅੱਜ ਇੰਟਰਨੈਸ਼ਨਲ ਲੈਵਲ 'ਤੇ ਕੰਪਟੀਸ਼ਨ ਲੜਕੀ ਆਈ ਆ ਔਰ ਇੰਡੀਆ ਟੀਮ ਨੂੰ ਰੀਪ੍ਰਜੈਂਟ ਕੀਤਾ। ਜਿਹੜਾ ਕੋਈ ਵੀ ਸਪੋਰਟਸ ਵਾ ਸਪੋਰਟਸ ਕਰਦਾ ਬੰਦਾ, ਉਹਨੂੰ ਇਹੀ ਹੁੰਦਾ ਵੀ ਅਸੀਂ ਕੰਟਰੀ ਨੂੰ ਰੀਪ੍ਰਜੈਂਟ ਕਰੀਏ, ਉਹਦਾ ਸੁਪਨਾ ਰਹਿ ਜਾਂਦਾ ਇਹ, ਹੈ ਨਾ। ਕਈ ਕਰ ਜਾਂਦੇ ਆ, ਕਈ ਵਿਚਾਰੇ ਰਹਿ ਜਾਂਦੇ ਆ, ਹੈ ਨਾ। ਤਾਂ ਮੇਰਾ ਵੀ ਸੁਪਨਾ ਸੀ, ਮੈਂ ਆਲਰੇਡੀ ਮੈਂ 10 ਸਾਲ ਪ੍ਰੋਫੈਸ਼ਨਲ ਫੁੱਟਬਾਲ ਖੇਡਿਆ, ਆਫਟਰ ਦੈਟ ਪੰਜਾਬ ਪੁਲਿਸ ਨੇ ਮੈਨੂੰ ਜੋਬ ਲਈ ਔਫਰ ਕੀਤਾ, ਤਾਂ ਮੈਂ ਫਿਰ ਪੰਜਾਬ ਪੁਲਿਸ 'ਚ ਜੋਬ ਜੁਆਇਨ ਕੀਤਾ। ਮੈਂ ਇੰਡੀਆ ਦੇ ਟੋਪ ਲੈਵਲ ਪਲੇਅਰ, ਉਹ ਟੋਪ ਮੋਸਟ ਟੋਪ ਪਲੇਅਰਸ ਦੇ ਨਾਲ, ਜਿਹੜੇ ਕਿ ਆਈ ਐਮ ਵਿਜਨ, ਜੋ ਪਲਨ, ਚੇਰੀ, ਸਟੀਫਨ, ਫੋਰਨਰ ਪਲੇਅਰ ਨਾਲ ਮੈਨੂੰ ਖੇਡਣ ਦਾ ਅਤੇ ਉਹਨਾਂ ਦਾ ਐਕਸਪੀਰੀਅੰਸ ਲੈਣ ਦਾ ਮੌਕਾ ਮਿਲਿਆ। ਅਤੇ ਉਸ ਤੋਂ ਬਾਅਦ ਇਹ ਮੇਰੇ ਬੱਚੇ ਸੀਗੇ, ਇਹਨਾਂ ਨੂੰ ਹਰ ਪੇਰੈਂਟਸ ਕਹਿੰਦਾ ਵੀ ਮੇਰਾ ਬੱਚਾ ਸਟੱਡੀ ਕਰੇ, ਹੈ ਨਾ। ਤਾਂ ਇਹਨਾਂ ਨੂੰ ਕਦੀ ਅਸੀਂ ਕੰਪੈਲ ਨਹੀਂ ਕੀਤਾ ਵੀ ਸਪੋਰਟਸ ਕਰਨੀ ਆ, ਤਾਂ ਇਹਨਾਂ ਨੇ ਖੁਦ ਹੀ ਇਹ ਆਪਣੀ ਗੇਮ ਚੁਣੀ, ਤਾਂ ਇਹ ਪਾਸੇ ਆਈਆਂ। ਜਦਕਿ ਇਹਨਾਂ ਨੂੰ ਅਸੀਂ ਇੱਥੇ ਗੁੱਡ ਸਕੂਲਿੰਗ ਕਰਕੇ, ਬ੍ਰਿਟਿਸ਼ ਕੁਆਡ ਵਿੱਚ ਇਹਨਾਂ ਦੀ ਸਕੂਲਿੰਗ ਸੀਗੀ, ਸਟੱਡੀ ਵੀ ਬਹੁਤ ਔਖੀ ਆ, ਸਟੱਡੀ ਨਾਲ ਸਪੋਰਟਸ ਕਰਨਾ, ਮੈਂ ਇਹਨਾਂ ਨੂੰ ਕਈ ਵਾਰ ਕਿਹਾ ਬੇਟਾ ਵੀ ਸਟੱਡੀ ਨਾਲ ਸਪੋਰਟਸ, ਕਹਿੰਦੇ ਪਾਪਾ ਅਸੀਂ ਕਰਾਂਗੇ ਮਿਹਨਤ। ਤਾਂ ਤੁਸੀਂ ਮੇਰੀ ਵਾਈਫ, ਉਹਨੇ ਇਹਨਾਂ ਦਾ ਬਹੁਤ ਸਾਥ ਦਿੱਤਾ ਡਾਇਟ ਵਾਲੇ ਪਾਸਿਓਂ ਅਤੇ ਸਟੱਡੀ ਵਾਲੇ ਪਾਸਿਓਂ, ਸਾਨੂੰ ਮੈਨੂੰ ਉੱਧਰੋਂ ਬਹੁਤ ਹੈਲਪ ਮਿਲੀ। ਅਤੇ ਮੈਂ ਪ੍ਰੈਕਟਿਸ ਕਰਾਉਂਦਾ ਸੀਗਾ, ਭਾਵੇਂ ਇਹਨਾਂ ਨੂੰ 8 ਵਜੇ ਰਾਤ ਨੂੰ ਛੱਡਣਾ, 9 ਵਜੇ ਛੱਡਣਾ, ਔਫਿਸ ਤੋਂ ਬਾਅਦ ਆ ਕੇ ਔਫਿਸ ਤੋਂ ਪਹਿਲਾਂ ਮੋਰਨਿੰਗ ਈਵਨਿੰਗ ਕਰਕੇ ਇਹਨਾਂ ਨੂੰ, ਅਤੇ ਸ਼ਾਮ ਨੂੰ ਇਹਦੇ ਮਦਰ ਨੇ ਉਹਨਾਂ ਨੂੰ ਸਟੱਡੀ ਲਈ ਇਹਨਾਂ ਨੂੰ ਅਪਡੇਟ ਕੀਤਾ, ਜਿਸ ਕਰਕੇ ਮੇਰੇ ਬੱਚੇ ਸਟੱਡੀ 'ਚ ਵੀ ਗੁੱਡ ਨੇ ਅਤੇ ਸਪੋਰਟਸ 'ਚ ਤੁਸੀਂ ਦੇਖ ਹੀ ਰਹੇ ਹੋ, ਬਹੁਤ ਅੱਛਾ ਕੀਤਾ ਹੋਇਆ। ਅਤੇ ਮੈਨੂੰ ਦੋਵੇਂ ਮੇਰੀਆਂ ਡਾਟਰਸ ਨੇ ਮੇਰਾ ਨਾਂ, ਮੇਰਾ ਪੂਰਾ ਨਾਲ ਉੱਚਾ ਅੱਜ ਪੂਰੇ ਪਟਿਆਲੇ ਦੇ ਵਿੱਚ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਸਰ ਗੁਰਨਾਸ ਅਤੇ ਹਰਮਿਲਨ ਦੇ ਨਾਮ ਦੇ ਫਾਦਰ ਸਾਹਿਬ ਤੋਂ ਜਾਣਿਆ ਜਾਂਦਾ ਵੀ ਉਹਨਾਂ ਦੇ ਫਾਦਰ ਸਾਹਿਬ ਨੇ। ਨਹੀਂ, ਹੁਣ ਇਹਨਾਂ ਦਾ ਆਪਣਾ ਨਾਂ ਬਣ ਚੁੱਕਿਆ, ਤੁਸੀਂ ਪੰਜਾਬ 'ਚ ਨਹੀਂ, ਤੁਸੀਂ ਇੰਡੀਆ ਲੈਵਲ 'ਤੇ ਜਾ ਕੇ ਹੁਣ ਇਹਨਾਂ ਦਾ ਆਪਣਾ ਲੈਵਲ ਬਣ ਚੁੱਕਿਆ, ਹੈ ਨਾ। ਤਾਂ ਮੈਂ ਵੀ ਇਹੀ ਚਾਹੁੰਦਾ, ਇਹਦੇ ਆਪਣੇ ਨਾਂ ਨਾਲ ਪਛਾਣ ਬਣਾਈ ਆ, ਇਹਨਾਂ ਨੇ ਆਪਣੇ ਨਾਂ ਨਾਲ ਹੀ ਪਛਾਣ ਉਹਨੂੰ ਅਪ ਕਰਨਗੇ। ਸਰ ਡਿਸਿਪਲਿਨ ਕਿੰਨਾ ਕੁ ਕਾਇਮ ਰੱਖਦੇ ਸੀ ਤੁਸੀਂ, ਕਿਉਂਕਿ ਇੱਕ ਗੋਲ ਅਚੀਵ ਕਰਨਾ ਹੁੰਦਾ ਖੁਦ ਨੂੰ, ਹੈ ਨਾ, ਤਾਂ ਡਿਸਿਪਲਿਨ ਦੇ ਵਿੱਚ ਰਹਿਣਾ ਪੈਂਦਾ। ਦੇਖੋ, ਡਿਸਿਪਲਿਨ ਤਾਂ ਹਰ ਚੀਜ਼ ਦਾ ਹੈਗਾ, ਤੁਸੀਂ
ਕੁਛ ਵੀ ਕਰੋਗੇ ਤੁਹਾਡੇ 'ਚ ਡਿਸਿਪਲਿਨ ਬਹੁਤ ਜ਼ਰੂਰੀ ਹੈ। ਤੁਸੀਂ ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਤੁਸੀਂ ਉਹਨੂੰ ਆਪਣੀ ਡਾਇਟ ਖਾਣੀ ਹੈ, ਕਿੰਨੇ ਵਜੇ ਸੌਣਾ, ਕਿੰਨੇ ਵਜੇ, ਕਿਉਂਕਿ ਸਪੋਰਟਸ ਕਰਨੀ ਹਰ ਇੱਕ ਬਸ ਦਾ, ਮਤਲਬ ਕਿ ਜੇ ਤੁਸੀਂ ਕਹੋਗੇ ਸਾਰਾ ਦਿਨ ਦੀ ਫੋਨ 'ਤੇ ਲੱਗ ਰਹੇ ਜਾਂ ਤੁਸੀਂ ਕੁਐਸਚਨ ਕੀਤਾ ਜੀ ਗੁਰੂ ਨਾਨਕ ਨੂੰ ਸੋਸ਼ਲ ਮੀਡੀਆ 'ਤੇ, ਤਾਂ ਉਹ ਤੁਸੀਂ ਜੇ ਤੁਸੀਂ ਜਿੰਨਾ ਜ਼ਿਆਦਾ ਫੋਨ ਯੂਜ਼ ਕਰੋਗੇ, ਹਾਂ ਕਰੋ, ਕੋਈ ਇਹੋ ਜਿਹੀ ਗੱਲ ਨਹੀਂ, ਇਹਨਾਂ ਤੋਂ ਬਿਨਾਂ ਆਪਣਾ ਸਟੱਡੀ ਦਾ ਵੀ ਨਹੀਂ ਚੱਲਦਾ ਹੈਗਾ। ਜਿੰਨਾ ਕੁ ਤੁਹਾਨੂੰ ਲੋੜ ਆ ਉਹ ਕਰੋ, ਡਿਸਿਪਲਨ ਦੇ ਵਿੱਚ ਜਾ ਕੇ ਇੰਨੇ ਟਾਈਮ ਮਾਹ ਕਰਨਾ, ਇਸ ਤੋਂ ਬਾਅਦ ਮੈਂ ਡਾਇਟ ਖਾਣੀ ਹੈ, ਇਸ ਤੋਂ ਬਾਅਦ ਮੈਂ ਰੈਸਟ ਕਰਨੀ, ਤਾਂ ਹੀ ਤੁਸੀਂ ਆਊਟਪੁੱਟ ਦੇ ਸਕਦੇ ਹੋ ਸਪੋਰਟਸ ਦੇ ਵਿੱਚ। ਬਿਲਕੁਲ, ਸੋ ਗੁਰਨਾਸ ਦੇ ਮਦਰ ਵੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਮੈਮ, ਐਜ਼ ਅ ਮਦਰ ਕਿੰਨੀ ਕੁ ਭੂਮਿਕਾ ਨਿਭਾਈ ਹੈ ਤੁਸੀਂ? ਬੱਚਿਆਂ ਨੂੰ ਸਕੂਲ ਵੀ ਭੇਜਣਾ ਹੁੰਦਾ, ਉਸ ਤੋਂ ਬਾਅਦ ਪ੍ਰੈਕਟਿਸ ਲਈ, ਇੱਕ ਆਪਾਂ ਕਹਿ ਦਈਏ ਅਥਲੀਟ ਲਈ ਡਾਇਟ ਵੀ ਬਹੁਤ ਇੱਕ ਇੰਪੋਰਟੈਂਟ ਰੋਲ ਕਰਦੀ ਹੈ ਉਸਦੀ ਲਾਈਫ ਦੇ ਵਿੱਚ, ਸੋ ਡਾਇਟ ਵੀ ਬਣਾਉਣਾ ਕਿੱਦਾਂ ਮੈਨੇਜ ਕਰਦੇ ਸੀ? ਹੋ ਜਾਂਦਾ ਸੀਗਾ ਕਿਉਂਕਿ ਬੱਚੀਆਂ ਆਪ ਹੀ ਸੈਲਫ ਡਿਸਿਪਲਿਨ ਨੇ, ਫੈਮਿਲੀ ਸਪੋਰਟਿਵ ਰਹੀ ਆ ਜੀ, ਤਾਂ ਕੋਈ ਮੈਨੂੰ ਨਹੀਂ ਲੱਗਿਆ, ਮੈਨੂੰ ਹੁਣ ਵੀ ਨਹੀਂ ਲੱਗਦਾ ਕਿ ਮੈਂ ਐਜ਼ ਅ ਮਦਰ ਕੋਈ ਬਹੁਤ ਵੱਡਾ ਰੋਲ ਪਲੇ ਕੀਤਾ। ਐਵਰੀ ਮਦਰ ਡਜ਼, ਐਵਰੀ ਮਦਰ ਡਜ਼। ਹਾਂ, ਇੱਦਾਂ ਜ਼ਰੂਰ ਧਿਆਨ ਰੱਖਿਆ ਕਿ ਫਰੈਸ਼ ਚੀਜ਼ ਦੇਣੀ ਆ, ਵੀ ਜੇ ਕੁੱਕ ਨੇ ਵੀ ਕੁੱਕ ਕਰਨੀ ਆ ਤਾਂ ਉਹਦੇ ਨਾਲ ਹੀ ਖੜਨਾ ਕਿ ਆਹ ਚੀਜ਼ ਫਰੈਸ਼ ਕੱਟਣੀ ਆ, ਫਰੈਸ਼ ਦੇਣਾ। ਤਾਂ ਡਾਇਟ ਦਾ ਧਿਆਨ ਰੱਖਿਆ ਔਰ ਸਟੱਡੀਜ਼ ਦਾ ਧਿਆਨ ਰੱਖਿਆ, ਕਿਉਂਕਿ ਪਤਾ ਵੀ ਖੇਡ ਕੇ ਆਈਆਂ ਨੇ, ਥੱਕੀਆਂ ਹੋਈਆਂ ਨੇ, ਤਾਂ ਵੀ ਕਿਵੇਂ ਕਰਾਉਣਾ ਬੱਚਿਆਂ ਨੂੰ ਕਿ ਮਾਰਕਸ ਵੀ ਇਹਨਾਂ ਦੇ ਚੰਗੇ ਆ ਜਾਣ। ਟੋਰਚਰ ਨਹੀਂ ਕੀਤਾ ਬੱਚਿਆਂ ਨੂੰ, ਨਾ ਹੀ ਕੋਈ ਪ੍ਰੈਸ਼ਰਾਈਜ਼ ਕੀਤਾ ਕਿ ਇੰਨੇ ਨੰਬਰ ਆਉਣੇ ਚਾਹੀਦੇ ਨੇ ਤੁਹਾਡੇ, ਜ਼ਿਆਦਾ ਨਹੀਂ। ਪਰ ਐਂ ਸੀਗਾ ਕਿ ਜੋ ਚੀਜ਼ ਕਰ ਰਹੇ ਹੋ ਤੁਸੀਂ ਉਹ ਚੰਗੀ ਤਰ੍ਹਾਂ ਕਰੋ, ਕਿਉਂਕਿ ਸਟੱਡੀਜ਼ ਤੋਂ ਬਿਨਾਂ ਜੇ ਤੁਸੀਂ ਪੜ੍ਹੇ ਲਿਖੇ ਨਹੀਂ ਹੋ ਤਾਂ ਤੁਸੀਂ ਜਿੰਨਾ ਮਰਜ਼ੀ ਇੰਟਰਨੈਸ਼ਨਲ ਲੈਵਲ 'ਤੇ ਹੋ ਜਾਓ, ਜਿੰਨਾ ਮਰਜ਼ੀ ਤੁਸੀਂ ਖੇਡ ਦੇ ਨਾਲ ਹੋ ਜਾਓ, ਪਰ ਸਟੱਡੀਜ਼ ਦੀ ਇੱਕ ਆਪਣੀ ਇੰਪੋਰਟੈਂਸ ਹੈ, ਤਾਂ ਉਹ ਚੀਜ਼ ਨੂੰ ਬੈਲੈਂਸ ਬੱਚਿਆਂ ਨੇ ਬਹੁਤ ਸੋਹਣਾ ਕੀਤਾ। ਰੁਚੀ ਰਹੀ ਹੈ ਫੁੱਟਬਾਲ 'ਚ? ਮੇਰੀ ਫੁੱਟਬਾਲ 'ਚ, ਹਾਂਜੀ, ਜਦੋਂ ਦੀ ਮੈਂ ਆਪਣੇ ਹਸਬੈਂਡ ਨੂੰ ਜਾਣਦੀ ਹਾਂ ਉਸ ਤੋਂ ਬਾਅਦ ਹੀ ਮੇਰਾ ਹੋਇਆ, ਉਸ ਤੋਂ ਪਹਿਲਾਂ ਫੁੱਟਬਾਲ ਦਾ ਨਹੀਂ ਸੀਗਾ ਇੰਨਾ। ਪਰ ਫਿਰ ਹਸਬੈਂਡ ਨੂੰ ਜਦ ਹੀ ਮਿਲੀ ਆ, ਜਦੋਂ ਮੈਂ ਦੇਖਿਆ ਕਿ ਇਹ ਫੁੱਟਬਾਲਰ ਨੇ, ਤਾਂ ਉਦੋਂ ਤੋਂ ਫਿਰ ਇਹਨਾਂ ਦੇ ਮੈਚਿਸ ਦੇਖਣ ਜਾਇਆ ਕਰਦੀ ਸੀ। ਤਾਂ ਫਿਰ ਉਸ ਤੋਂ ਬਾਅਦ ਮੈਮ ਤੁਹਾਡੀ ਜਿਹੜੀ ਬੱਚੀਆਂ ਨੇ ਉਹ ਗੇਮ ਪ੍ਰਤੀ ਇੰਨਾ ਸਮਰਪਿਤ ਹੋਈ ਪਈਆਂ ਨੇ? ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ, ਲੜਕੀਆਂ ਨੇ, ਉਹ ਇੰਸਟਾਗ੍ਰਾਮ 'ਤੇ ਰੀਲਸ ਬਹੁਤ ਬਣਾਉਂਦੀਆਂ ਨੇ ਇੱਦਾਂ ਕਰਕੇ, ਅਤੇ ਤੁਹਾਡੀ ਬੱਚੀਆਂ ਨੇ ਇੱਕ ਇੱਕ ਮੁਕਾਮ ਹਾਸਲ ਕਰ ਲਿਆ, ਇੰਟਰਨੈਸ਼ਨਲ ਬ੍ਰਾਂਡ ਨੀਵੀਆ ਦਾ ਬ੍ਰਾਂਡ ਅੰਬੈਸਡਰ ਬਣ ਗਈਆਂ, ਮਾਣ ਮਹਿਸੂਸ ਹੁੰਦਾ? ਬਿਲਕੁਲ ਜੀ, ਬਹੁਤ ਮਾਣ ਮਹਿਸੂਸ ਹੁੰਦਾ, ਔਰ ਇਹ ਵੀ ਇੱਕ ਬਲੈਸਿੰਗ ਹੈ, ਕਿਉਂਕਿ ਅੱਜ ਦੇ ਟਾਈਮ 'ਚ ਈਵਨ ਜੇ ਮੈਂ ਵੀ ਹੋਵਾਂ, ਮੈਂ ਵੀ ਮਤਲਬ ਆਪਣੇ ਆਪ ਨੂੰ ਕਵਰ ਕਰਦੀ ਹਾਂ ਧੁੱਪ 'ਚ ਹੋਣਾ, ਜਾਂ ਜਿਵੇਂ ਇਹ ਧੁੱਪ 'ਚ ਪ੍ਰੈਕਟਿਸ ਕਰਨੀ, ਇਹਨਾਂ ਨੇ ਕਈ ਵਾਰੀ 2-2:30 ਇਹਨਾਂ ਦਾ ਹੁੰਦਾ ਟਾਈਮ, ਤਾਂ ਮੈਂ ਇਹਨਾਂ ਨੂੰ ਕਦੀ ਆਏ ਨਹੀਂ ਵੀ ਰੋਕਿਆ ਨਹੀਂ ਕੁਛ ਵੀ, ਪਰ ਆਪਣੇ ਆਪ ਨੂੰ ਮੈਂ ਫੀਲ ਕਰਦੀ ਹੁੰਦੀ ਸੀ ਹਾਈ ਇਹਨਾਂ ਦੀ ਸਕਿਨ ਟੈਨ ਹੋ ਜੂਗੀ, ਕਿਉਂਕਿ ਲੜਕੀਆਂ ਆਪਣੀ ਸਕਿਨ ਨੂੰ ਲੈ ਕੇ ਕਾਫੀ ਪੋਸੈਸਿਵ ਹੁੰਦੀਆਂ ਨੇ ਵੀ, ਹਨਾ, ਵੀ ਸਾਡਾ ਟੈਨਿੰਗ ਨਾ ਆ ਜਾਏ। ਬਿਲਕੁਲ, ਹੁਣ ਵੀ ਜਦੋਂ ਉਹਦਾ ਛੋਟੀ ਨਾਜ਼ ਦਾ, ਗੁਰਨਾਜ਼ ਦਾ ਗੋਆ ਕੈਂਪ ਸੀਗਾ, ਤਾਂ ਇਹਦੀ ਫੋਟੋ ਕਲਿੱਕ ਕਰਕੇ ਭੇਜੀ ਉਹਨੇ, ਫਾਦਰ ਵਾਜ਼ ਜ਼ੂਮਿੰਗ ਦੀ ਫੋਟੋ, ਉਹ ਦੇਖ ਰਹੇ ਸੀਗੇ ਕਿ ਇਹਦੇ ਮਸਲਜ਼ ਆ ਹੋ ਗਏ, ਮਸਲਜ਼ ਹੋ ਗਏ, ਐਂਡ ਵਟ ਆਈ ਵਾਜ਼ ਸੀਇੰਗ, ਉਹ ਕਿੰਨੀ ਟੈਨ ਹੋ ਗਈ ਹੈ, ਤੁਹਾਡਾ ਧਿਆਨ ਇਹਨਾਂ ਦੀ ਬਿਊਟੀਫੁਲ ਸੀ। ਬੀਇੰਗ ਅ ਮਦਰ, ਮੈਂ ਤਾਂ ਮੀਨਸ ਇਹ ਚੀਜ਼ਾਂ ਗਰਲਸ, ਕਿਉਂਕਿ ਨੋਰਮਲ ਗਰਲ, ਮੈਂ ਵੀ ਇੱਕ ਨੋਰਮਲ ਇੱਕ ਲੇਡੀ ਹਾਂ, ਤਾਂ ਧੁੱਪ 'ਚ ਜਾ ਕੇ ਖੇਲਣਾ ਔਰ ਇਸ ਲੈਵਲ 'ਤੇ ਖੇਡਣਾ ਬਹੁਤ ਵੱਡੀ ਗੱਲ ਹੈ ਗਰਲਸ ਲਈ, ਔਰ ਮੈਨੂੰ ਧੁੱਪ 'ਚ ਤਪ ਕੇ ਇਹ ਮੁਕਾਮ ਤੱਕ ਪਹੁੰਚੀਆਂ ਨੇ। ਬਿਲਕੁਲ, ਮੈਨੂੰ ਚੰਗਾ ਲੱਗਦਾ, ਮੈਂ ਕਦੇ ਰੋਕਿਆ ਨਹੀਂ ਇਹਨਾਂ ਨੂੰ, ਕਿਹਾ ਨਹੀਂ, ਪਰ ਇੱਦਾਂ ਜ਼ਰੂਰ ਧਿਆਨ ਰੱਖਿਆ ਕਿ ਹੁਣ ਆਈਆਂ ਨੇ ਤਾਂ ਇਹਨਾਂ ਨੂੰ ਬੇਸਣ ਨਾਲ ਇਹਨਾਂ ਦਾ ਮੂੰਹ ਧੋਦਾ ਜਾਂ ਕੁਛ ਵੀ ਹੈ ਜ਼ਰੂਰ। ਸ਼ੁਕਰੀਆ ਮੈਮ, ਸ਼ੁਕਰੀਆ। ਸੋ ਦੇਖ ਸਕਦੇ ਹੋ ਜੀ, ਜਿਹੜੇ ਇਹਨਾਂ ਦੇ ਮਾਤਾ ਪਿਤਾ ਨੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਨੇ। ਗੁਰਨਾਜ਼ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਜਿਹੜਾ ਬ੍ਰਾਂਡ ਹੈਗਾ ਨੀਵੀਆ, ਉਸਦੀ ਬ੍ਰਾਂਡ ਅੰਬੈਸਡਰ ਬਣੀ ਹੈ। ਪਿਛਲੇ ਸਾਲ ਇਹਨਾਂ ਦੀ ਵੱਡੇ ਸਿਸਟਰ ਇਸਦਾ ਹਿੱਸਾ ਬਣੇ ਸੀ, ਅਤੇ ਇਸ ਸਾਲ ਇਹ ਬਣੇ ਨੇ, ਸੋ ਮਾਤਾ ਪਿਤਾ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਰਾਜੀਵ ਸ਼ਰਮਾ, ਡੇਲੀ ਪੋਸਟ, ਪੰਜਾਬੀ।